ਸਾਡੀ ਹੋ ਗਈ ਆ ਪੈਕਿੰਗ ਡਨ ਤੇ ਹੁਣ ਆਪਾਂ ਕਰਨ ਲੱਗੇ ਆ ਟੈਚੀ ਬੰਦ ਤੇ ਹੁਣ ਅਸੀਂ ਜਾਵਾਂਗੇ ਨਹਾਉਣ ਤੋਂ ਹੋਵਾਂਗੇ ਤਿਆਰ ਆਪਾਂ ਚੱਲੇ ਹਾਂ ਘੁੰਮਣ ਸੋ ਮਿਲਦੇ ਹਾਂ ਥੋੜ੍ਹੀ ਦੇਰ ਬਾਅਦ ਪਹਿਲਾਂ ਆਪਾਂ ਚਾਵਲ ਬਣਾ ਲਈਏ ਆਪਾਂ ਰੋਟੀ ਰੋਟੀ ਖਾ ਲਈਏ ਹਲੇ ਅਤੇ ਤਿਆਰ ਹੋਵਾਂ ਚਲੋ ਬਾਅਦ 'ਚ ਮਿਲਦੇ ਹਾਂ ਅਸੀਂ ਹੁਣ ਜਾ ਰਹੇ ਹਾਂ ਜਖੇੜਿਆਂ ਦੇ ਮੱਥਾ ਟੇਕਣ ਅਤੇ ਅਸੀਂ ਨਗੋਦਰ ਵੀ ਜਾਣਾ ਆ ਸੋਰੀ ਮੈਂ ਭੁੱਲ ਗਈ ਸੀ ਵਲੋਗ ਸ਼ੂਟ ਨਹੀਂ ਕਰ ਪਾਈ ਕਿਉਂਕਿ ਬਹੁਤ ਹੀ ਰੌਲਾ ਪੈਂਦੇ ਆ ਸਾਡੇ ਘਰ ਦੇ ਅਤੇ ਆਪਾਂ ਹੁਣ ਚੱਲੇ ਹਾਂ ਨਾਲੋਂ ਅੱਗੇ ਦੇਖ ਹਾਂਜੀ ਜੇ ਬੈਠੀ ਆ ਅਸੀਂ ਜਿਹੜੇ ਬਾਈਕ ਦੇ ਵਿੱਚ ਵੀ ਚਾਰ ਜਣੇ ਅਤੇ ਕਾਕਾ ਐਕਟੀਵਾ ਦੇ ਆ ਬੁਆ ਬੁੜੀ ਦੇ ਨਾਲ ਬਸ ਅਸੀਂ ਥੋੜ੍ਹਾ ਕੁ ਜਿਹਾ ਰਹਿ ਗਿਆ ਪਹੁੰਚਣ ਵਾਲੇ ਹਾਂ ਅਸੀਂ ਭੁੱਲ ਗਿਆ ਵੀ ਪੁੱਛ ਗਏ ਹਾਂ ਸੋ ਮਿਲਦੇ ਹਾਂ ਬਾਬਾ ਜੀ ਪਹੁੰਚ ਗਏ ਹਾਂ ਭੂਆ ਰਮਨ ਇੱਧਰ ਰਾਜੂ ਭੂਆ ਅਤੇ ਅੰਤੂ ਅਤੇ ਹੁਣ ਅਸੀਂ ਗਏ ਨੇ ਪ੍ਰਸ਼ਾਦ ਲੈਣ ਕਾਕਾ ਸੁੱਤਾ ਹੋਇਆ ਵਾ ਅਤੇ ਆਪਾਂ ਹੁਣ ਦੇਖਾਂਗੇ ਮੱਥਾ ਅਤੇ ਬਾਹਰ 'ਤੇ ਆ ਗਏ ਅਸੀਂ ਮੈਂ ਕਿਹੜੇ ਰੱਖੀ ਚਲੋ ਜੀ ਹੁਣ ਆਪਾਂ ਮਿਲਦੇ ਹਾਂ ਸਾਰੇ ਜਿਹੜੇ ਦੇਖ ਹੀ ਸਕਦੇ ਹੋ ਮੈਂ ਤਾਂ ਪੁਰਾਣੀ ਮੈਚਿੰਗ ਮੈਚਿੰਗ ਫਰਾਕ ਪਾਈ ਆ ਅਸੀਂ ਮੈਚਿੰਗ ਕੀਤੀ ਆ ਸੋ ਬਾਕੀ ਅੰਤੂ ਕੱਲ੍ਹ ਨੂੰ ਮੈਚਿੰਗ ਕਰੂਗੀ ਸਾਨੂੰ ਤਿੰਨਾਂ ਦੀ ਮੇਰੀ ਭੂਆ ਦੀ ਅਤੇ ਅੰਤੂ ਦੀ ਕੱਲ੍ਹ ਨੂੰ ਮੈਚਿੰਗ ਆ ਅਸੀਂ ਟਰੈਕ ਸੂਟ ਪਾਉਣੇ ਆ ਇਕੱਠਿਆਂ ਨੇ ਸੋ ਅੱਜ ਰਹਿ ਗਈ ਅੰਤੂ ਸੋਰੀ ਸੋ ਮਿਲ ਰਿਹਾ ਆਪਾਂ ਟੇਕਣ ਲੱਗੇ ਮੱਥਾ ਜੀ ਆ ਆਪਣੇ ਜਠੇਰੇ ਅਤੇ ਕਲਿਆਣਿਆਂ ਦੇ ਜਠੇਰੇ ਆਪਣੇ ਹੈਗੇ ਆ ਪਿੰਡ ਵਜੂਹਾਂ ਮਿੱਠਾਪੁਰ ਤੋਂ ਅੱਗੇ ਫੁੱਲੜੀਵਾਲ ਤੋਂ ਵੀ ਅੱਗੇ ਮਿੱਠਾਪੁਰ ਤੋਂ ਪਿੰਡ ਵਜੂਹਾਂ ਜੇ ਕਿਸੇ ਨੇ ਆਉਣਾ ਹੋਵੇ ਹਾਂਜੀ ਸਾਡੀ ਗੱਗੀ ਭੂ ਹੈ ਐਨ ਮਾਡਲ ਬਣ ਕੇ ਆਈ ਆਈ ਆਹ ਦੇਖ ਲਓ ਜੀ ਹੈਂ ਹਾਂ ਹਾਂ ਨਲੀ ਵਾਲਾ ਭੂਆ ਨਲੀ ਵਾਲਾ ਨਲੀ ਵਾਲਾ ਨਲੀ ਆਏ ਇੱਕ ਵਾਰੀ ਵੀ ਤੂੰ ਵੀ ਕਰਦੇ ਤੂੰ ਵੀ ਕਰਦੇ ਆਪਾਂ ਸਾਰਿਆਂ ਨੇ ਟੇਕ ਲਿਆ ਮੱਥਾ ਤੇ ਪ੍ਰਸ਼ਾਦ ਵੀ ਪੰਜੀਰੀ ਦਾ ਮਿਲਿਆ ਆਪਾਂ ਨੂੰ ਤੇ ਭੂਆ ਨੇ ਓਏ ਕਾਰਤਿਕ ਵੀ ਉੱਠ ਗਿਆ ਜੈ ਕੀਤੀ ਜੈ ਟੀਟੀ ਘਰੇ ਆਇਆ ਜਾ ਆਲਾ ਭੂਆ ਵੀ ਪਾਲਾ ਬਸ ਮੈਂ ਥੋੜਾ ਜਿਹਾ ਖਾ ਲਿਆ ਅਸੀਂ ਹੁਣ ਤੁਰ ਪਏ ਹਾਂ ਮੈਂ ਖੁਦ ਚੱਲੇ ਹਾਂ ਹੁਣ ਮੱਥਾ ਟੇਕ ਲਿਆ ਦਰਬਾਰ 'ਤੇ ਬਾਬਾ ਮਰਾਸ਼ਾ ਜੀ ਦੇ ਚੱਲੇ ਹਾਂ ਸਾਈਂ ਜੀ ਦੇ ਅਸੀਂ ਘਰ ਬਾਕੀ ਚਲੇ ਗਏ ਹਾਂ ਅਸੀਂ ਪਿੱਛੇ ਹਾਂ ਲਾਸਟ 'ਚ ਸੋ ਆਪਾਂ ਹੁਣ ਚੱਲੇ ਹਾਂ ਚੰਗਾ ਅਸੀਂ ਮਿਲਦੇ ਹਾਂ ਰਸਤਾ ਦਿਖਾਓ ਸਾਨੂੰ ਸੁੱਟਣ ਲੱਗਾ ਸੀ ਥੱਲੇ ਅਸੀਂ ਬਸ ਆਹੀ ਪਹੁੰਚੇ ਆ
ਛੋਟਾ ਬ੍ਰੋ ਬਾਹਰ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਆ ਆਪਾਂ ਪਹੁੰਚ ਗਏ ਆ ਥੋੜਾ ਕਰੈਕ ਆ ਇਹ ਭਰਾ ਸਾਡਾ ਸਭ ਤੋਂ ਛੋਟਾ ਵਾ ਇਸ ਲਈ ਸਭ ਦਾ ਲਾਡਲਾ ਵਾ ਤੇ ਥੋੜਾ ਕਰੈਕ ਵੀ ਆ ਸਰ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਪਹੁੰਚ ਗਏ ਹਾਂ ਦੇਖ ਲਓ ਭਾਬੀ ਭਾਗੋ ਹੈਂਕੀ ਬਣਵਾ ਰਹੇ ਆ ਪਵਨ ਭਾਜੀ ਮੱਥਾ ਟੇਕਦੇ ਨੇ ਕਾਰਤਿਕ ਢੋਲਕੀ ਦੇਖ ਕੇ ਬਹੁਤ ਖੁਸ਼ ਹੋ ਗਿਆ ਉਹ ਮੰਗ ਰਿਹਾ ਸੀ ਹੁਣ ਆਪਾਂ ਉਹਨੂੰ ਢੋਲਕੀ ਲੈ ਕੇ ਦੇ ਰਹੇ ਹਾਂ ਜੀ ਆਪਾਂ ਦਰਬਾਰ 'ਤੇ ਮੱਥਾ ਟੇਕ ਲਿਆ ਅਤੇ ਹੁਣ ਚੱਲੇ ਹਾਂ ਵਿੱਕੀ ਸਾਈਂ ਜੀ ਦੇ ਅਤੇ ਉੱਥੇ ਜਾ ਕੇ ਮਿਲਦੇ ਹਾਂ ਅਤੇ ਜੈ ਸਾਈਆਂ ਦੀ ਸਾਰਿਆਂ ਨੂੰ ਗੱਗੀ ਬੂਆ ਅਤੇ ਆਪਾਂ ਪਹੁੰਚ ਗਏ ਜੀ ਵਿੱਕੀ ਸਾਈਂ ਜੀ ਦੀ ਜਗ੍ਹਾ 'ਤੇ ਚਲੋ ਚਲੋ ਅਤੇ ਗਾਂਹ ਜਾ ਕੇ ਥੋੜ੍ਹੀ ਜਿਹੀ ਬਣਾਉਂਦੇ ਵੀ ਓਏ ਸਿੱਧੀ ਤਰ੍ਹਾਂ ਚੱਲ ਲੈ 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 ਮੈਨੂੰ ਲੈ ਲਿਆ ਲੈ ਲਿਆ ਲੈ ਲਿਆ ਜਹਾਜ਼ ਵੀ ਲੈ ਲਿਆ ਲੈ ਆਂਦਾ ਚੜਾਓ ਕਨੇਡਾ ਜਾਓ ਤੁਸੀਂ ਕਨੇਡਾ
ਦੀਦੀ ਟੋਰਾਂਟੋ ਦੀਦੀ ਜੀ ਕੈਨੇਡਾ ਨਹੀਂ ਗਏ ਪਹੁੰਚ ਗਏ ਹਾਂ ਦਰਬਾਰ ਕੋ ਅਤੇ ਜੈ ਮਸਤਾ ਦੀ ਸਾਰਿਆਂ ਨੂੰ ਅਤੇ ਥੋੜ੍ਹਾ ਜਿਹਾ ਅੰਦਰ ਜਾ ਕੇ ਬਣਾਉਂਦੇ ਹਾਂ ਛੜੇ ਆਪਾਂ ਮੱਥਾ ਟੇਕ ਲਿਆ ਉੱਥੇ ਵੀ ਜੀ ਅਤੇ ਹੁਣ ਚੱਲੇ ਆਪਾਂ ਉੱਥੇ ਦੇਖ ਲਓ ਜੀ ਬਾਬਾ ਜੀ ਦੇ ਕਿੰਨਾ ਸਾਰਾ ਸਮਾਨ ਚਲੋ 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 ਜੀ ਦੇਖ ਲਓ ਜੀ ਸੋਨੀ ਟੀਵੀ ਦਾ ਬਾਬਾ ਜੀ ਦੀ ਗੱਡੀ ਮੋਟਰਸਾਈਕਲ ਬਾਬਾ ਜੀ ਪ੍ਰਸ਼ਾਦ ਕੈਨੇਡਾ ਜਾਂ ਜਾ ਤੁਸੀਂ ਕੈਨੇਡਾ ਨਹੀਂ ਜਾਣਾ ਜਾਣਾ ਜੀ ਜੀ ਟੋਰਾਂਟੋ ਜਾ ਰਹੀ ਹੈ ਭਾਈ ਤੁਸੀਂ ਮੈਂ ਕਿ ਅਸੀਂ ਹੁਣ ਚੱਲੇ ਹਾਂ ਘਰ ਨੂੰ ਬਹੁਤ ਹੋ ਗਿਆ